ਹੱਥ ਮੂੰਹ ਧੋ ਲਿਆ ਜੇ ਤੇ ਚਾਹ ਲਿਆਵਾਂ। ਤਿੰਨ ਮਰਲੇ ਦਾ ਪਲਾਟ ਹੈ, ਦੋ ਕਮਰੇ ਤਾਂ ਆਸਾਨੀ ਨਾਲ ਬਣ ਸਕਦੇ ਸਨ। ਘਰ ਬੱਚਿਆਂ ਨਾਲ ਖੁੱਲਾ ਡੁੱਲਾ ਰਹਿ ਸਕਦਾ, ਮੈਂ ਬਣਾ ਹੀ ਦੇਣੇ ਸਨ ਕਮਰੇ ਉਹਨਾਂ। ਛੱਡ ਦਿਓ ਇਹਨਾਂ ਗੱਲਾਂ ਨੂੰ, ਪਰੇਸ਼ਾਨ ਹੋਵੋਗੇ ਤੁਸੀਂ ਤਾਂ ਆਪਣੀ ਸਿਹਤ ਬਰਬਾਦ ਕਰ ਲਈ ਜੇ। ਮੈਂ ਬੇਸ਼ੱਕ ਬਰਬਾਦ ਹੋ ਜਾਂਦਾ, ਮੇਰੇ ਤਾਏ ਨੂੰ ਤਾਂ ਘਰ ਲੱਭ ਜਾਂਦਾ। ਇਸ ਵੇਲੇ ਕੌਣ ਆ ਗਿਆ? ਹਾਜੀ ਸਾਹਿਬ, ਹਾਜੀ ਸਾਹਿਬ ਆਏ ਹੋਣਗੇ, ਉਹ ਬੌਂਡ ਦੇ ਬਾਰੇ ਦੱਸਣ ਆਏ ਹੋਣ। ਓ ਹੋ, ਇੰਨੀ ਸਵੇਰੇ ਸਵੇਰੇ ਹਾਜੀ ਸਾਹਿਬ ਨੇ ਆ ਕੇ ਕੀ ਕਰਨਾ? ਮੈਂ ਦੇਖੀ ਕੌਣ ਬੈਠੇ ਤੁਸੀਂ। ਮੈਂ ਤੈਨੂੰ ਦੱਸ ਨਹੀਂ ਸਕਦੀ, ਮੈਂ ਤੈਨੂੰ ਵੇਖ ਕੇ ਕਿੰਨੀ ਖੁਸ਼ ਹੋਈ ਆ। ਕਦੋਂ ਆਈ ਤੂੰ? ਰਾਤੀ ਤਾਂ ਅਮਰੀਕਾ ਤੋਂ ਆਈ ਆ, ਥੱਕੀ ਹੋਈ ਸੀ, ਸੋਚਿਆ ਸੁਬਾ ਸੁਬਾ ਤੈਨੂੰ ਸਰਪ੍ਰਾਈਜ਼ ਦਿਆਂ ਤੇ ਫੋਨ ਕਰ ਦੇਣਾ ਸੀ। ਤੇਰੀ ਆਵਾਜ਼ ਸੁਣ ਕੇ ਫਿਰ ਮੈਂ ਕਿਸ ਤਰ੍ਹਾਂ ਸਬਰ ਕਰਦੀ। ਹਾਂ ਇਹ ਤੇ ਹੈ। ਫਿਰ ਭਾਈ ਜੀ ਸਲਾਮ ਅਲੈਕੁਮ। ਨਿਕਲ ਜਾਏ ਕਿਧਰੇ, ਹਾਜੀ ਸਾਹਿਬ ਨੇ ਬੜੀ ਦੇਰ ਲਾ ਦਿੱਤੀ ਆਣ ਦੇ। ਬਸ ਤਾਹਿਰ ਨੂੰ ਕੋਈ ਮਾਲਕ ਮਕਾਨ ਤੰਗ ਨਹੀਂ ਕਰਿਆ, ਘਰੋਂ ਨਹੀਂ ਕੱਢੇਗਾ ਕੋਈ। ਆ ਬੈਠ। ਭਾਈ ਜਾਨ ਨੂੰ ਕੀ ਹੋ ਗਿਆ? ਕਿਸ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ? ਮੈਨੂੰ ਤੇ ਪਛਾਣਿਆ ਵੀ ਨਹੀਂ ਉਹਨਾਂ ਨੇ। ਸਾਬਰਾ, ਇਹ ਬੜੀ ਟ੍ਰੈਜਡੀ ਵਾਲੀ ਕਹਾਣੀ ਹੈ। ਆਖਿਰ ਐਸੀ ਕੀ ਟ੍ਰੈਜਡੀ ਹੋ ਗਈ ਜਿਹੜੀ ਭਾਈ ਜਾਨ ਦੇ ਦਿਮਾਗ ਤੇ ਇੰਨਾ ਅਸਰ ਕਰ ਗਈ? ਸਾਬਰਾ, ਤੂੰ ਤਾਹਿਰ ਨੂੰ ਤੇ ਜਾਣਨੀ ਹੈ ਨਾ? ਹਾਂ ਹਾਂ, ਉਹੀ ਨਾ ਜਿਹੜਾ ਤੇਰੀ ਸ਼ਾਦੀ ਤੇ ਵਿਆਹ ਵਿੱਚ ਪੜਦਾ ਸੀ। ਆਹੋ, ਉਹ ਸਾਰਿਆਂ ਦਾ ਬਹੁਤ ਲਾਡਲਾ ਸੀ। ਇਬਰਾਰ ਸ਼ੁਰੂ ਤੋਂ ਬਹੁਤ ਮਿਹਨਤੀ ਨੇ, ਸਾਰੀ ਜ਼ਿੰਦਗੀ ਮਿਹਨਤ ਮਜ਼ਦੂਰੀ ਕੀਤੀ, ਲੇਕਿਨ ਤਾਹਿਰ ਨੂੰ ਕਦੀ ਵੀ ਜ਼ਮੀਨ ਤੇ ਪੈਰ ਨਹੀਂ ਤਰਨ ਦਿੱਤਾ। ਨਾਲੇ ਤੂੰ ਇਹ ਵੀ ਜਾਣਨੀ ਕਿ ਜਦੋਂ ਮੇਰੀ ਸ਼ਾਦੀ ਹੋਈ ਤੇ ਇਹ ਲੋਕ ਕਿਰਾਏ ਦੇ ਇੱਕ ਛੋਟੇ ਜਿਹੇ ਘਰ ਵਿੱਚ ਰਹਿੰਦੇ ਸਨ। ਹਾਂ ਹਾਂ, ਵੀ ਸੱਚੀ ਗੱਲ ਤੇ ਇਹ ਵੇ, ਮੈਨੂੰ ਤੇ ਕੁੜੀ ਬਹੁਤ ਪਸੰਦ ਹੈ। ਤੈਨ ਕਿਸ ਤਰ੍ਹਾਂ ਦੀ ਲੱਗੀ ਏ? ਕੁਛ ਤੋਂ ਵੀ ਤਾਂ ਦੱਸਣਾ। ਕੁੜੀ ਤਾਂ ਬਹੁਤ ਅੱਛੀ ਹੈ, ਪਰ ਥੋੜੀ ਜਿਹੀ ਕਾਲੀ ਹੈ। ਤੇ ਕੋਈ ਗੱਲ ਨੀ, ਤਾਹਿਰ ਨੂੰ ਤੇ ਉਂਝ ਵੀ ਕਾਲਾ ਰੰਗ ਬਹੁਤ ਪਸੰਦ ਹੈ। ਚੱਲ ਨੀ ਰਹਿਣ ਦੇ, ਤੈਨ ਵੀ ਤੇ ਇਬਰਾਰ ਨੇ ਤਾਹਿਰ ਨੇ ਪਸੰਦ ਕੀਤਾ ਸੀ ਨਾ, ਤੂੰ ਕਾਲੀ। ਅੰਮੀ ਜੀ, ਤੁਹਾਨੂੰ ਯਾਦ ਹੈ ਭਾਬੀ ਜਾਨ ਨੂੰ ਵੇਖਣ ਤੋਂ ਬਾਅਦ ਤਾਹਿਰ ਭਾਈ ਨੇ ਘਰ ਆ ਕੇ ਇਹ ਤੇ ਕਿਹਾ ਸੀ, ਕੁੜੀ ਹੈ ਤੇ ਠੀਕ ਪਰ ਜ਼ਰਾ ਕਾਲੀ ਹੈ। ਹਾਂਜੀ, ਤੇ ਭਾਈ ਜਾਨ ਨੇ ਚਾਹ ਪੀਂਦੇ ਕੱਪ ਦੀਵਾਰ ਚ ਦੇ ਮਾਰਿਆ ਸੀ ਤੇ ਇਕਦਮ ਕਹਿਣ ਲੱਗ ਪਏ ਸਨ, ਚੀਹੋ ਪੁਕਾਰ ਪਾਤੀ ਸੀ ਉਹਨਾਂ ਨੇ। ਉਹਨਾਂ ਨੇ ਕਿਹਾ ਕਿ ਮੇਰੀ ਇੱਕ ਗੱਲ ਗੌਰ ਨਾਲ ਸੁਣ ਲਵੋ, ਕੁੜੀ ਗੋਰੀ ਚਿੱਟੀ ਤੇ ਸੋਹਣੀ ਹੋਣੀ ਚਾਹੀਦੀ, ਨਹੀਂ ਤੇ ਮੈਂ ਘਰ ਛੱਡ ਕੇ ਭੱਜ ਜਾਵਾਂਗਾ ਜੀ। ਤੇ ਲੋ ਵੇਖ ਲੋ, ਭਾਬੀ ਸੋਹਣੀ ਵੀ ਨਹੀਂ ਤੇ ਭਾਈ ਜਾਨ ਘਰ ਛੱਡ ਕੇ ਵੀ ਨਹੀਂ ਗਏ।
ਤੇਰੇ ਕਿੰਨੇ ਦਿਨਾਂ ਦੀ ਫਰਮਾਇਸ਼ ਸੀ ਭਾਈ, ਇਹ ਹੋਈ ਪੂਰੀ, ਖਾ ਤੇ ਜਾਨ ਬਣਾ ਬਸ। ਭਾਈ ਜਾਨ, ਇਹ ਮੈਂ ਆਪਣੀ ਮਾਂ ਜੀ ਵਾਸਤੇ ਕਿਹਾ ਸੀ ਕਿ ਲੈ ਕੇ ਆਣਾ ਤੁਸੀਂ। ਬਹਾਨੇ ਬਣਾਉਂਦੇ ਹੋ ਬਈ, ਨਾ ਮਾਂ ਦਾ ਲੈ ਕੇ ਜਾਨ ਤੂੰ ਆਪਣੀ ਬਣਾ ਕੇ, ਪਤਾ ਇਹ ਅੱਜ ਖੈਰ ਏ ਕੋਈ ਜਲੂਸ ਕੱਢਣਾ ਇਕੱਠੇ ਹੋਏ ਸਾਰੇ। ਹਾਂਜੀ, ਅੱਜ ਅਸੀਂ ਤਾਇਰ ਲਈ ਕੁੜੀ ਵੇਖ ਕੇ ਆਏ ਆ। ਵੇਖ ਵੀ ਆਏ ਹੋ, ਪਾਸ ਵੀ ਕਰਤੀ। ਤੇ ਹੁਣ ਇੱਕ ਗੱਲ ਮੇਰੀ ਕੰਨ ਖੋਲ ਕੇ ਸੁਣ ਲਵੋ ਕਿ ਜਿੰਨੀ ਦੇਰ ਮੈਂ ਪਾਸ ਨਹੀਂ ਕਰਨਾ ਰਿਸ਼ਤਾ, ਉਨੀ ਦੇਰ ਕੁਝ ਨਹੀਂ ਹੋਣਾ। ਬਿਲਕੁਲ ਠੀਕ ਹੈ ਜੀ ਭਾਈ ਜਾਨ, ਜਦ ਤੱਕ ਭਾਈ ਜਾਨ ਨੂੰ ਕੁੜੀ ਪਸੰਦ ਨਹੀਂ ਆਏਗੀ ਇਹ ਗੱਲ ਨਹੀਂ ਬਣੇਗੀ। ਹਾਂ ਤੂੰ ਵੀ ਵੇਖ ਲੈ, ਸਾਨੂੰ ਤੇ ਸਾਰਿਆਂ ਨੂੰ ਬਹੁਤ ਪਸੰਦ ਹੈ, ਪਰ ਮਾਂ ਜੀ ਪਰ ਕੀ ਹੈ? ਪਰ ਕੁਲੀ ਵਾਲੇ ਕਹਿੰਦੇ ਨੇ ਕਿ ਮੁੰਡਾ ਕਰਦਾ ਕੀ ਹੈ। ਲੋ ਜੀ ਨਵਾਂ ਸਵਾਲ ਉੱਠਿਆ ਜੇ, ਓਏ ਮੇਰੇ ਹੁੰਦਿਆਂ ਸ਼ਹਿਜ਼ਾਦੇ ਨੂੰ ਕੰਮ ਕਰਨ ਦੀ ਕੀ ਲੋੜ, ਮੈਨੂੰ ਇਹ ਦੱਸੋ ਤੂੰ। ਜਿਉਂਦਾ ਰਹੋ ਮੇਰਾ ਪੁੱਤਰ, ਜਿਉਂਦਾ ਰਹੋ, ਤੈਨੂੰ ਸਾਡੇ ਸਾਰਿਆਂ ਦਾ ਕਿੰਨਾ ਖਿਆਲ ਹੈ। ਇਹ ਛੱਡੋ ਗੱਲਾਂ, ਹੁਣ ਤੁਸੀਂ ਇੰਜ ਕਰੋ ਪ੍ਰੋਗਰਾਮ ਬਣਾ ਲਓ, ਮੇਰੇ ਹਾਲੇ ਇਤਵਾਰ ਦਾ ਹੀ ਰੱਖ ਲਓ ਦਿਨ, ਠੀਕ ਹੈ? ਪੱਕਾ ਕਰ ਲਓ ਤੇ ਚੱਲੀਏ ਫਿਰ ਉਧਰ। ਜਿਵੇਂ ਲਓ ਜੀ, ਅੱਲਾ ਖੈਰ। ਇਮਰਾਨ ਸਾਹਿਬ, ਉਹ ਜਿਹੜਾ ਕੰਮ ਮੈਂ ਕਿਹਾ ਸੀ ਉਹ ਹੋ ਗਿਆ? ਯਾਰ ਤਕਰੀਬਨ ਹੋਇਆ ਪਿਆ, ਐਵੇਂ ਦੋ ਚਾਰ ਦਿਨ ਲੱਗਣਗੇ, ਤੁਹਾਨੂੰ ਲੈਟਰ ਪਹੁੰਚ ਜਾਏਗਾ, ਤੁਸੀਂ ਬੇਫਿਕਰ ਹੋ ਕੇ ਕਰ ਜਾਓ। ਡਾਕਟਰ ਸਾਹਿਬ ਅੱਜ ਘਰ ਨਹੀਂ ਜਾਣਾ, ਫਾਈਲਾਂ ਅਲਮਾਰੀ ਚ ਰੱਖੋ ਤੇ ਚੱਲੀਏ। ਉਹ ਬੈਠ ਜਾ ਯਾਰ, ਚੱਲਨੇ ਐ ਬਸ ਇੱਕ ਸਫ਼ਾ ਰਹਿ ਗਿਆ ਜੀ, ਐ ਮੈਂ ਜ਼ਰਾ ਕਰ ਲਵਾਂ ਤੇ ਫਿਰ ਨਿਕਲਨੇ ਆ ਯਾਰ। ਕੰਮ ਤੇ ਬਹੁਤ ਸੀ ਅੱਜ, ਥੱਕ ਗਿਆ ਮੈਂ। ਯਾਰ ਥੱਕ ਤਾਂ ਮੈਂ ਵੀ ਗਿਆ, ਪਰ ਤੇਰੇ ਵਕਣ ਕੰਮ ਤੋਂ ਨਹੀਂ ਥੱਕਿਆ ਮੈਂ, ਮੈਂ ਮਕਾਨ ਦੇ ਕਿਰਾਏ ਦੇ ਕੇ ਥੱਕ ਗਿਆ। ਛੋਟਾ ਭਰਾ ਹੈ ਨਾ ਤਾਹਿਰ ਮੇਰਾ, ਉਹਦੀ ਸ਼ਾਦੀ ਵੀ ਕਰਨੀ ਯਾਰ, ਛੋਟਾ ਜਿਹਾ ਘਰ, ਇਹ ਵੀ ਸੋਚਦਾ ਰਹਿੰਦਾ ਉਹਦੇ ਵਿੱਚ ਗੁਜ਼ਾਰਾ ਕਿਸ ਤਰ੍ਹਾਂ ਹੋਏਗਾ। ਸਰ ਬਰਾੜ ਸਰ, ਆਪਣੇ ਘਰ ਦੀ ਵੀ ਸੋਚੋ। ਯਾਰ ਕੱਲ ਦੀ ਗੱਲ ਲੱਗਦੀ ਹੈ, ਤਾਹਿਰ ਨੂੰ ਕੁੱਛੜ ਚੁੱਕ ਕੇ ਫਿਰਨਾ ਹੁੰਦਾ ਸਰ, ਤੇ ਹੁਣ ਉਹ ਆਪਣੀ ਔਲਾਦ ਨੂੰ ਕੁਝ ਅਰਸੇ ਬਾਅਦ ਕੁੱਛੜ ਚੁੱਕ ਕੇ ਫਿਰੇਗਾ, ਇਹ ਰੰਗ ਨੀ ਉਸ ਮੌਲਾ ਦੇ। ਹਰ ਵੇਲੇ ਬਸ ਖਾਬਾਂ ਦੀ ਦੁਨੀਆਂ ਚ ਹੀ ਰਹਿਣਾ, ਕਦੀ ਇਹ ਵੀ ਸੋਚਿਆ ਜੇ ਕਿ ਮਤਲਬ ਚੁੱਪ ਕਿਉਂ ਹੋ ਗਈ? ਕਿਸੇ ਅਸੀਂ ਤਾਹਿਰ ਨੂੰ ਇਸ ਘਰ ਚ ਕਿਹੜੀ ਜਗ੍ਹਾ ਤੇ ਰੱਖਾਂਗੇ? ਯਾਰ ਇਹ ਤਾਂ ਵਾਕਈ ਨਹੀਂ ਸੋਚਿਆ ਕਦੀ। ਅੱਜ ਮਾਂ ਜੀ ਨੇ ਮੇਰੇ ਨਾਲ ਗੱਲ ਕੀਤੀ ਸੀ, ਕਹਿ ਰਹੇ ਸਨ ਕਿ ਮੈਂ ਇਬਰਾਰ ਨਾਲ ਗੱਲ ਕਰਾਂਗੀ ਕਿ ਉਹ ਕੋਈ ਵੱਡਾ ਘਰ ਵੇਖ ਲਵੇ ਜਾਂ ਫਿਰ ਜਾਂ ਫਿਰ ਫਿਰ ਚੁੱਪ ਹੋ ਗਈ ਹੈ ਜਾਂ ਫਿਰ ਕੋਈ ਵੱਖਰਾ ਘਰ ਵੇਖ ਲੇ। ਕਿਰਾਏ ਦਾ ਮਕਾਨ ਲੱਭਣਾ ਜਿਹੜਾ ਹੈ ਨਾ, ਇਹ ਬੜਾ ਹੀ ਔਖਾ ਕੰਮ ਹੈ ਬਈ, ਹੁਣ ਤੂੰ ਕਿਰਾਏ ਇੰਨੇ ਵੱਧ ਗਏ ਨੇ। ਮੈਂ ਨੌਕਰ ਪੇਸ਼ਾ ਆਦਮੀ ਹਾਂ, ਮੈਂ ਦੋ ਦੋ ਮਕਾਨਾਂ ਦਾ ਕਿਰਾਇਆ ਨਹੀਂ ਦੇ ਸਕਦਾ। ਹੁਣ ਤਾਂ ਅੱਲਾ ਤੋਂ ਦੁਆ ਆਏਗੀ ਕਿ ਉਹ ਸਾਨੂੰ ਕੋਈ ਆਪਣਾ ਘਰ ਦੇ ਦੇਵੇ, ਚਾਹੇ ਕੋਈ ਛੋਟਾ ਜਿਹਾ ਹੋਵੇ। ਤੁਸੀਂ ਮੇਰਾ ਜ਼ੇਵਰ ਵੇਚ ਦਿਓ। ਹਾਂ ਸ਼ਾਬਾਸ਼ ਸ਼ਾਬਾਸ਼, ਉਹ ਖਾਲੀ ਜ਼ੇਵਰ ਵੇਚਣ ਨਾਲ ਮਕਾਨ ਨਹੀਂ ਬਣਦਾ, ਹੁਣ ਤਾਂ ਦੁਆ ਕਰਕੇ ਰੱਬ ਗੈਬ ਤੋਂ ਕੋਈ ਮਦਦ ਕਰ ਦੇਵੇ ਸਾਡੀ। ਅੱਗੇ ਪੈਸਾ ਪੈਸਾ ਜੋੜ ਕੇ ਕੋਈ ਪ੍ਰਾਈਜ਼ ਬੌਂਡ ਲਏ ਸਨ, ਉਹ ਵੀ ਮੇਰੇ ਖਿਆਲ ਹੁਣ ਇੱਕੋ ਹੀ ਰਹਿ ਗਿਆ ਹੋਣਾ ਉਹਨਾਂ ਚੋਂ, ਉਹ 15 ਸਾਲ ਉਹ ਵੀ ਸੰਭਾਲ ਕੇ ਰੱਖਿਆ ਹੈ ਕਿ ਨਹੀਂ? ਆਹੋ ਮੈਂ ਬਹੁਤ ਸਾਂਭ ਕੇ ਰੱਖਿਆ, ਤੁਸੀਂ ਕੋਈ ਹੱਥ ਪੱਲਾ ਮਾਰੋਗਾ, ਮੇਰੇ ਜ਼ੇਵਰ ਦਾ ਮੁੱਲ ਲਓ ਆਪ ਜਾਂ ਆਪਣੇ ਦਫ਼ਤਰ ਵਾਲਿਆਂ ਨਾਲ ਗੱਲ ਕਰੋ, ਕੋਈ ਕਰਜ਼ਾ ਹੀ ਮਿਲ ਜਾਵੇ। ਹਾਂ ਹੋ ਸਕਦਾ ਜ਼ੇਵਰ ਤਾਂ ਤੂੰ ਬਚਾ ਕੇ ਰੱਖ, ਕਿਸੇ ਵੇਲੇ ਔਖੇ ਵੇਲੇ ਕੰਮ ਆ ਜਾਏਗਾ। ਕਰਜ਼ੇ ਦੀ ਮੈਂ ਕੋਸ਼ਿਸ਼ ਪੂਰੀ ਕਰਨਾ, ਔਰ ਇਨਸ਼ਾਅੱਲਾ ਇਨਸ਼ਾਅੱਲਾ ਅੱਲਾ ਨੇ ਚਾਹਿਆ ਤੇ।
ਜਦੋਂ ਦੇ ਅੰਮੀ ਫੌਤ ਹੋਏ ਨਾ ਤਾਂ ਕੁਛ ਸੰਭਲ ਨਹੀਂ ਸਕਿਆ ਨਾ ਹੀ ਉਹਨੂੰ ਵਿਚਾਰੇ ਨੂੰ ਕੋਈ ਸਵਾਦ ਦੀ ਨੌਕਰੀ ਮਿਲੀ ਨਾ ਹੀ ਕੋਈ ਮਕਾਨ ਉਹ ਹੁਣ ਫਿਰ ਮਾਲਕ ਮਕਾਨ ਨੇ ਉਹਨੂੰ ਕਿਹਾ ਜੀ ਮਕਾਨ ਖਾਲੀ ਕਰ ਦਿਓ ਉਹ ਕਿਉਂ ਉਹ ਹੀ ਪੁਰਾਣਾ ਰੱਪੜ ਕਿਰਾਇਆ ਟਾਈਮ ਤੇ ਨਹੀਂ ਦਿੱਤਾ ਦੇਖਣਾ ਹੁਣ ਤਨਖਾਹ ਚੋਂ ਮੇਰੀ ਹਰ ਮਹੀਨੇ ਕਟੌਤੀ ਹੁੰਦੀ ਹੈ ਮੈਂ ਕੀ ਕਰਾਂ ਅੱਛਾ ਅੱਜ ਮੈਂ ਜਾਣਾ ਵੈਸੇ ਤਾਹਿਰ ਵਾਰ ਕੱਲ ਨਹੀਂ ਨਾ ਜਾ ਸਕਿਆ ਮੈਂ ਉੱਧਰ ਕਿਉਂ ਕੱਲ ਕਿਉਂ ਨਹੀਂ ਗਏ ਤੁਸੀਂ ਉਹ ਦਫ਼ਤਰ ਹੀ ਦੇਰ ਹੋ ਗਈ ਸੀ ਮੈਂ ਕੀ ਕਰਦਾ ਅੱਜ ਮੈਂ ਜ਼ਰੂਰ ਜਾਵਾਂਗਾ ਲੈ ਹੁਣ ਮੈਨੂੰ ਇਜਾਜ਼ਤ ਦੇ ਦੇ ਮੈਂ ਪਹੁੰਚਣਾ ਦਫ਼ਤਰ ਠੀਕ ਹੈ ਔਰ ਯਾਦ ਨਾਲ ਜਾਣਾ ਜੀ ਉਹਦੇ ਆਖਿਰ ਕਦੋਂ ਤੱਕ ਇਸ ਤਰ੍ਹਾਂ ਗੁਜ਼ਾਰਾ ਹੋਵੇਗਾ ਨਾ ਕੋਈ ਸਵਾਦ ਦਾ ਸੂਟ ਨਾ ਦੁਪੱਟਾ ਤੇ ਹੋਰ ਮੈਂ ਕੀ ਕਰਾਂ ਦੱਸ ਮੈਂ ਹੋਰ ਇਹ ਜਿਹੜੀ ਨੌਕਰੀ ਮਿਲੀ ਹੈ ਇਹਦੇ ਚ ਰੋਟੀ ਪੂਰੀ ਹੋ ਜਾਂਦੀ ਇਹੀ ਬੜੀ ਗੱਲ ਹੈ ਤੇ ਕੋਈ ਹੋਰ ਨੌਕਰੀ ਲੱਭੋ ਤੁਹਾਡੇ ਭੈਣ ਭਰਾ ਕਦੋਂ ਤੱਕ ਤੁਹਾਡਾ ਕਿਰਾਇਆ ਦਿੰਦੇ ਰਹਿਣਗੇ ਮਕਾਨ ਦਾ ਮੇਰੇ ਅੱਬੂ ਨੂੰ ਪਤਾ ਹੁੰਦਾ ਕਿ ਤੁਹਾਡੇ ਇਹ ਹਾਲਾਤ ਨੇ ਤੇ ਕਦੇ ਮੇਰੀ ਸ਼ਾਦੀ ਨਾ ਕਰਦੇ ਨਾ ਤੇ ਹੁਣ ਕੀ ਵਿਗੜ ਗਿਆ ਕੀ ਵਿਗੜ ਗਿਆ ਜਾਣੀ ਤੇ ਜਾ ਹੁਣ ਮੈਂ ਡਾਕੇ ਮਾਰਨ ਤੋਂ ਤੁਰਿਆ ਤੇ ਮੈਂ ਕਦੋਂ ਕਹਿੰਦੀ ਕਿ ਡਾਕੇ ਮਾਰੋ ਪਰ ਮੈਨੂੰ ਚੜ੍ਹਦਾ ਜੋੜਾ ਤੇ ਬਣਵਾ ਦਿਓ ਜੋੜਿਆਂ ਦੀ ਪਈ ਰਹਿੰਦੀ ਹਰ ਵੇਲੇ ਤੈਨੂੰ ਤੇ ਹੁਣ ਤੇ ਮੈਂ ਆਪਣੇ ਕਿਸੇ ਰਿਸ਼ਤੇਦਾਰ ਵੱਲ ਵੀ ਨਹੀਂ ਜਾ ਸਕਦੀ ਸ਼ਰਮ ਆਉਂਦੀ ਮੈਨੂੰ ਇਹੋ ਜਿਹੇ ਕੱਪੜਿਆਂ ਚ ਯਾਰ ਕਿਉਂ ਲੜਦੇ ਰਹਿੰਦੇ ਹੋ ਆਪਸ ਵਿੱਚ ਮੈਨੂੰ ਇਹ ਤਾਂ ਦੱਸੋ ਭਾਈਜਾਨ ਲੜੀਏ ਨਾ ਤੇ ਹੋਰ ਕੀ ਕਰੀਏ ਕਦੋਂ ਤੱਕ ਦੂਜਿਆਂ ਦੇ ਹੱਥਾਂ ਵੱਲ ਵੇਖਦੇ ਰਹੀਏ ਦੇਖ ਸਕਦਾ ਮੈਂ ਤੈਨੂੰ ਅੱਗੇ ਵੀ ਬੜੀ ਦਫ਼ਾ ਸਮਝਾਇਆ ਤੈਨੂੰ ਬੱਚੇ ਕਿਸੇ ਚੀਜ਼ ਦੀ ਲੋੜ ਹੋਵੇ ਤੂੰ ਮੇਰੇ ਕੰਨ ਵਿੱਚ ਕਹਿ ਦੇ ਮੈਨੂੰ ਵੀ ਕਹਿ ਸਕਦੀ ਆਪਣੀ ਭਾਬੀ ਨੂੰ ਕਹਿ ਦੇ ਪਰ ਤੂੰ ਹੀ ਸੁਣ ਲੈ ਤੂੰ ਆਪਣੀ ਜ਼ੁਬਾਨ ਤੇ ਕੰਟਰੋਲ ਰੱਖਿਆ ਕਰ ਭਾਈਜਾਨ ਬਸ ਇੱਕ ਤੁਹਾਡੇ ਦੋਵਾਂ ਦੀ ਤੇ ਸਹਾਰਾ ਹੈ ਤੁਸੀਂ ਤੁਸੀਂ ਸਾਡਾ ਬਹੁਤ ਹੀ ਖਿਆਲ ਰੱਖਦੇ ਹੋ ਬੱਚੇ ਹੁਣ ਤਾਂ ਬਸ ਇੱਕੋ ਹੀ ਦੁਆ ਹੈ ਲਾਮੀਆਂ ਤੁਹਾਨੂੰ ਆਪਣਾ ਮਕਾਨ ਦੇ ਦੇ ਹਸੀ ਖੁਸ਼ੀ ਰਹੋ ਉਹਦੇ ਚ ਫੜ ਬੇਟਾ ਨਹੀਂ ਨਹੀਂ ਭਾਈਜਾਨ ਦੇਖ ਲਿਆ ਮੈਂ ਤੈਨੂੰ ਦੇ ਰਿਹਾ ਪੈਸੇ ਇਨਕਾਰ ਨਾ ਕਰੀ ਰੱਖ ਲੈ ਇਹਨਾਂ ਨੂੰ ਕੋਈ ਸੂਟ ਸੂਟ ਸਵਾ ਲਈ ਯਾਲਾ ਤੂੰ ਬੜਾ ਰਹੀਮ ਓ ਕਰੀਮ ਸ਼ੁਕਰ ਹੈ ਭਾਈਜਾਨ ਤੁਸੀਂ ਮੇਰੇ ਘਰ ਆਉਣ ਦਾ ਵਕਤ ਕੱਢਿਆ ਸੱਚ ਭਾਈਜਾਨ ਮੈਂ ਤੁਹਾਨੂੰ ਬਹੁਤ ਯਾਦ ਕਰਨੀ ਆ ਉਹ ਚੰਗਾ ਤੈਨੂੰ ਤਾਂ ਪਤਾ ਕਿ ਮੈਂ ਦੋ ਦੋ ਨੌਕਰੀਆਂ ਕਰਨਾ ਔਰ ਦੋ ਨੌਕਰੀਆਂ ਕਰਨ ਲਈ ਵਕਤ ਕੱਢਣਾ ਬੜਾ ਹੀ ਮੁਸ਼ਕਿਲ ਹੁੰਦਾ ਜੀ ਉਹ ਤੇ ਠੀਕ ਹੈ ਭਾਈਜਾਨ ਪਰ ਆਪਣਿਆਂ ਨੂੰ ਮਿਲਣ ਲਈ ਤਾਂ ਵਕਤ ਕੱਢਿਆ ਕਰੋ ਨਾ ਮੈਨੂੰ ਪਤਾ ਹੈ ਨਾ ਕਿ ਮਾਸ਼ਾਅੱਲਾ ਮੇਰੀਆਂ ਦੋਵੇਂ ਭੈਣਾਂ ਆਪਣੇ ਆਪਣੇ ਘਰਾਂ 'ਚ ਬਹੁਤ ਖੁਸ਼ ਨੇ ਔਰ ਅੱਲਾ ਸਾਰੀ ਜ਼ਿੰਦਗੀ ਉਹਨਾਂ ਨੂੰ ਇਸੇ ਤਰ੍ਹਾਂ ਖੁਸ਼ ਰੱਖੇ ਬਸ ਹੁਣ ਤਾਂ ਇੱਕੋ ਹੀ ਦੁਆ ਹੀ ਚੰਗਾ ਕਿ ਅੱਲਾ ਮੀਆਂ ਤਾਹਿਰ ਨੂੰ ਖੁਸ਼ੀਆਂ ਦਿਖਾਵੇ ਤਾਹਿਰ ਆਇਆ ਸੀ ਕੱਲ੍ਹ ਬੜਾ ਪਰੇਸ਼ਾਨ ਸੀ ਨੌਕਰੀ ਵੱਲੋਂ ਨੌਕਰੀ ਵੱਲੋਂ ਖੈਰ ਚੰਗਾ ਨੌਕਰੀ ਤਾਂ ਉਹਨੂੰ ਮਿਲ ਹੀ ਜਾਏਗੀ ਅਸਲ ਪਰੇਸ਼ਾਨੀ ਹੀ ਉਹਦਾ ਘਰ ਅੱਲਾ ਅੱਗੇ ਦੁਆ ਕਰਨਾ ਕਿ ਛੋਟਾ ਜਿਹਾ ਉਹਨੇ ਘਰ ਮਿਲ ਜਾਏ ਦੇ ਚੰਦਾ ਮੇਰੇ ਕੋਲ ਇੰਨੀ ਜਗ੍ਹਾ ਹੈ ਨਹੀਂ ਤੇ ਮੈਂ ਤਾਹਿਰ ਨੂੰ ਆਪਣੇ ਨਾਲ ਰੱਖ ਸਕਾਂ ਘਰ ਬਣਾਉਣਾ ਤੇ ਬੜਾ ਮੁਸ਼ਕਿਲ ਬਲਕਿ ਨਾਮੁਮਕਿਨ ਹੈ ਅੱਜ ਕੱਲ੍ਹ ਬਿਲਕੁਲ ਤੇਰੀ ਗੱਲ ਠੀਕ ਹੈ ਲੇਕਿਨ ਮੈਂ ਤਾਂ ਉਹਦੇ ਤੇ ਛੱਡਦੀ ਉਹ ਇਨਸ਼ਾਅੱਲਾ ਤਾਹਿਰ ਨੂੰ ਘਰ ਦੇਵੇ ਹੀ ਦੇਵੇ ਲੈ ਚੰਦਾ ਕਾਫੀ ਵਕਤ ਹੋ ਗਿਆ ਹੁਣ ਮੈਨੂੰ ਇਜਾਜ਼ਤ ਦੇ ਕਦੀ ਕਦੀ ਆਪਣੇ ਮੀਆਂ ਨੂੰ ਲੈ ਕੇ ਆ ਜਾਇਆ ਕਰਨਾ ਮੇਰੇ ਵੱਲ ਠੀਕ ਹੈ ਭਾਈਜਾਨ ਇਤਵਾਰ ਨੂੰ ਆਵਾਂਗੇ ਬੜੀ ਮਿਹਰਬਾਨੀ ਓਕੇ ਬੱਚਾ ਅੱਲਾ ਹਾਫਿਜ਼ ਪਰ ਇਹ ਲੋਕ ਕਿਉਂ ਕਿੱਧਰ ਗਈਆਂ ਛੇਤੀ ਛੇਤੀ ਆ ਜਾ ਵਾਹ 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 ਉਹ ਜਵਾ ਮੌਲਾ ਤੇਰੇ ਰੰਗ ਦੇ ਰੰਗ ਵਾਹ ਕੀ ਹੈ ਕੀ ਗੱਲ ਹੈ ਬੜੇ ਖੁਸ਼ ਨਜ਼ਰ ਆ ਰਹੇ ਕੋਈ ਬੋਨਸ ਲੱਭ ਗਿਆ ਜੀ ਉਹ ਹੀ ਸਮਝ ਲੈ ਪਰ ਬੋਨਸ ਤੋਂ ਵੀ ਵੱਡੀ ਸ਼ਾ ਹਾਂ ਓਏ ਬੌਂਡ ਨਿਕਲ ਆਇਆ 20 ਲੱਖ ਦਾ ਹਾਂ ਓਏ ਵੇਖ ਇਧਰ ਵੇਖ ਇਹ ਪਹਿਲਾ ਇਨਾਮ 20 ਲੱਖ ਦਾ
ਜਾਗ ਆ ਰਹੀ। ਹਾਂ ਹਾਜੀ ਸਾਹਿਬ, ਆ ਜਾਓ ਆ ਜਾਓ ਆ ਜਾਓ। ਸਲਾਮ ਅਲੈਕੁਮ। ਵਾਲੇਕੁਮ ਸਲਾਮ। ਬੈਠੋ ਆਈ ਸਾਹਿਬ। ਇਬਰਾਨ ਅਲੀ, ਮੈਂ ਤੇਰੇ ਦਫ਼ਤਰ ਫੋਨ ਕੀਤਾ ਸੀ। ਖੈਰ ਨਾਲ ਪਤਾ ਲੱਗਾ ਤੂੰ ਛੁੱਟੀ ਲੈ ਕੇ ਘਰ ਆ ਗਈ। ਮੈਂ ਤੇਰੇ ਭਰਾ ਨੂੰ ਤਾਹਿਰ ਨੂੰ ਦੱਸਣਾ ਸੀ ਕਿ ਮੈਂ ਉਹਦੇ ਵਾਸਤੇ ਇੱਕ ਕਿਰਾਏ ਦਾ ਮਕਾਨ ਵੇਖਿਆ। ਮਾਲਕ ਮਕਾਨ ਬੜਾ ਕਾਲਾ। ਠੀਕ ਹੈ, ਤੇ ਬੰਦੇ ਵੀ ਮਗਰ ਲੱਗੇ ਨੇ। ਬਿਲਕੁਲ ਠੀਕ। ਤੇ ਹੁਣ ਤੁਸੀਂ ਕਿਰਾਏ ਦਾ ਮਕਾਨ ਨਹੀਂ ਲੱਭਣਾ, ਹੁਣ ਤੁਸੀਂ ਕੋਈ ਮੁੱਲ ਵਿਕਦਾ ਮਕਾਨ ਲੱਭਣਾ। ਜੀ ਸਾਹਿਬ, ਮੁੱਲ ਵਿਕਦਾ ਮਕਾਨ? ਹਾਂਜੀ, ਖਰੀਦਣੇ ਰਾਦੇ? ਬਿਲਕੁਲ ਹਾਜੀ ਸਾਹਿਬ, ਤੁਹਾਨੂੰ ਮੈਂ ਆਖਿਆ ਸੀ ਨਾ ਕਿ ਤਾਹਿਰ ਤੇ ਇੱਕ ਦਿਨ ਆਉਣਾ ਕਿ ਉਹਦੇ ਦਿਨ ਫਿਰ ਜਾਣੇ ਨੇ। ਉਹ ਫਿਰ ਗਏ ਜੀ ਹਾਜੀ ਸਾਹਿਬ, 20 ਲੱਖ ਦਾ ਪਹਿਲਾ ਇਨਾਮ। ਐ ਵੇਖੋ ਨਿਕਲਾ। ਵਾਹ ਵਾਹ, ਬੜੀ ਬੜੀ ਮੁਬਾਰਕ ਹੋਵੇ, ਬੜੀ ਮੁਬਾਰਕ ਹੋਵੇ, ਬੜੀ ਮੁਬਾਰਕ ਹੋਵੇ। ਮੈਂ ਇੱਕ ਮਕਾਨ ਮੇਰੀ ਨਜ਼ਰ ਚ 2.5 ਮਰਲੇ ਦਾ, ਬੜਾ ਹੀ ਸੋਹਣਾ ਬਣਿਆ। ਪਿਛਲੀ ਗਲੀ ਚ, ਪਿਛਲੀ ਗਲੀ ਚ ਉੱਥੇ ਕਿਹੜਾ ਮਕਾਨ ਹੈ? ਉਹ ਬੈਨਰ ਵਾਲਾ ਯਾਰ। ਅੱਛਾ, ਉਹ ਤਨੀ ਕਿਧਰੇ ਮਿਰਜ਼ਾ ਸਾਹਿਬ ਵਾਲਾ? ਆਹੋ ਆਹੋ। ਪਰ ਇਹ ਬੌਂਡ ਦਾ ਕੀ ਕਰਨਾ ਜੀ, ਜੇ ਬੈਂਕ ਦੇ ਥਰੂ ਪੈਸੇ ਲੈਗਾ ਨਾ ਤੇ ਦਿਨ ਵੀ ਬੜੇ ਲੱਗਣਗੇ ਤੇ ਕਟੌਤੀ ਵੀ ਬੜੀ ਹੋਏਗੀ। ਕੀ ਮਤਲਬ? ਬੈਂਕ ਵਾਲੇ ਕਟੌਤੀ ਵੀ ਕਰਨਗੇ? ਆਹੋ, ਤੇ ਬਿਹਤਰ ਤਰੀਕਾ ਇਹ ਕਿ ਅਸੀਂ ਡੀਲਰਾਂ ਕੋਲੋਂ ਪੈਸੇ ਲਈਏ, ਉਹ ਪੈਸੇ ਵੀ ਛੇਤੀ ਦਿੰਦੇ ਨੇ ਤੇ ਕਟੌਤੀ ਵੀ ਘੱਟ ਕੱਟਦੇ। ਯਾਰ ਜੀ ਸਾਹਿਬ, ਡੀਲਰ ਹੁੰਦੇ ਕਿੱਥੇ ਨੇ? ਉਹ ਮਾਰਕੀਟ ਦੇ ਬਾਹਰ ਪੈਂਦੇ ਨੇ ਯਾਰ, ਮੇਰੇ ਇੱਕ ਵਾਕਫ ਹੈ, ਬੜਾ ਹੀ ਬੀਵਾ ਬੰਦਾ, ਉਹਦੇ ਕੋਲ ਚੱਲਦੇ ਹਾਂ। ਤੂੰ ਬੌਂਡ ਲਿਆ ਤੇ ਮੈਂ ਰਿਕਸ਼ਾ ਰੋਕਣਾ। ਠੀਕ। ਉਹ ਭਲੀਏ ਲੋਕੇ, ਲੈ ਬੌਂਡ ਕਿੱਥੇ ਫਟਾਫਟ? ਉਹ ਤੈਨੂੰ ਖੁਸ਼ੀ ਕੋਈ ਨੀ ਹੋਈ ਏਡਾ ਵੱਡਾ ਬੌਂਡ ਨਿਕਲ ਆਇਆ? ਨਹੀਂ, ਮੈਨੂੰ ਬਹੁਤ ਖੁਸ਼ੀ ਹੋਈ ਹੈ। ਝੂਠ ਕਹਿੰਦੀ, ਤੇਰੀ ਸ਼ਕਲ ਤੋਂ ਨਹੀਂ ਤੈਨੂੰ ਖੁਸ਼ੀ ਹੋਈ? ਯਾਰ ਤੇਰੀ ਸ਼ਕਲ ਜਿਹੋ ਜਿਹੀ ਨਾ, ਮੂੰਹ ਬਣਾਇਆ ਤੂੰ, ਕੋਈ ਖੁਸ਼ੀ ਵਾਲੀ ਇਹਦੇ ਚ ਗੱਲ ਨੀ ਲੱਭਣ ਡਈ ਮੈਨੂੰ। ਤੁਹਾਡੇ ਨਾਲ ਇੱਕ ਗੱਲ ਕਰਨੀ ਸੀ। ਐਸੇ ਲਈ ਕੋਈ ਗੱਲ ਨਾ ਕਰੀ, ਜਾ ਕੇ ਕੈਸ਼ ਕਰਾਣਾ, ਪੈਸੇ ਲਿਆਣੇ ਹੱਜ ਸਾਹਿਬ ਬਾਹਰ ਖਲੋਤੇ। ਬਹੁਤ ਜ਼ਰੂਰੀ ਗੱਲ ਹੈ। ਆ ਜਾਂਦਾ ਮੈਂ 5-10 ਮਿੰਟਾਂ ਚ, ਆ ਗੱਲ ਕਰ ਲਈ ਤੂੰ ਮੇਰੇ ਨਾਲ ਜਿਹੜੀ ਗੱਲ ਕਰਨੀ, ਏਡਾ ਤੇਰਾ ਮਸਲਾ ਬਣ ਗਿਆ। ਅਸਲਾਮ ਅਲੈਕਮ ਨਦੀਮ ਸਾਹਿਬ, ਕੀ ਹਾਲ ਹੈ? ਰਾਜੀ ਬਾਜੀ ਹੈ? ਸ਼ੁਕਰ ਹੈ ਅੱਲਾ ਦਾ। ਤੁਸੀਂ ਸੁਣਾਓ ਹਾਜੀ ਸਾਹਿਬ, ਅੱਜ ਕਿਸ ਤਰ੍ਹਾਂ ਆ ਗਏ? ਉਹ ਯਾਰ, ਹੈ ਅਬਰਾਜ ਸਾਹਿਬ ਨੇ ਤੇ ਇਹਨਾਂ ਦਾ 1500 ਰੁਪਏ ਦਾ ਪਹਿਲਾ ਇਨਾਮ ਲਿਖਿਆ। ਇਹਨਾਂ ਨੂੰ ਪੈਸੇ ਛੇਤੀ ਚਾਹੀਦੇ ਨੇ। ਦਿਓ ਕਿੱਥੇ ਜੇ ਬੌਂਡ? ਦਹੋ ਜੀ ਬੌਂਡ, ਅਬਰਾਜ ਸਾਹਿਬ ਅਸਲ ਬੌਂਡ ਦਿਓ, ਇਹ ਤੇ ਫੋਟੋ ਕਾਪੀ ਦਿਓ। ਅਸਲ ਬੌਂਡ ਦਿਓ ਨਾ ਅਬਰਾਜ ਸਾਹਿਬ, ਨਦੀਮ ਬੜਾ ਇਤਬਾਰੀ ਬੰਦਾ ਹੈ। ਗੌਰ ਕਰ ਲੈ ਭਾਈ, ਹਾਂਜੀ ਸਾਹਿਬ, ਇਹ ਬੌਂਡ ਤੇ ਨਹੀਂ ਲੱਗਾ ਸਰ, ਇਹ ਕਿਸ ਤਰ੍ਹਾਂ ਹੋ ਸਕਦਾ ਹੈ? ਵੇਖੋ, ਦੇਖਿਆ ਜੋ ਇਹ ਤੇ ਫਿਰ ਕਹਿੰਦਾ ਪਿਆ। ਮੈਂ ਆਪ ਚੈੱਕ ਕਰਕੇ ਆਇਆ ਘਰੋਂ, ਇਸੇ ਦੀ ਫੋਟੋ ਕਾਪੀ ਜੇ ਇਹਨੇ ਬਦਲ ਲਿਆ ਜੇ ਬੌਂਡ ਮੇਰਾ, ਉਹ ਮੇਰਾ ਬੌਂਡ ਵਾਪਸ ਕਰ ਦੇ। ਉਹ ਤੁਸੀਂ ਮੇਰੀ ਤਲਾਸ਼ੀ ਲੈ ਲਓ। ਅੱਛਾ, ਉਹ ਮੇਰਾ ਅਸਲ ਬੌਂਡ ਦੇ ਦੇ ਯਾਰ, ਦੇਖ ਤੇ ਸਹੀ ਗੌਰ ਨਾਲ। ਹਾਜੀ ਸਾਹਿਬ, ਹਾਜੀ ਸਾਹਿਬ, ਤੁਸੀਂ ਮੇਰੀ ਤਲਾਸ਼ੀ ਲੈ ਲਓ, ਮੇਰੇ ਕੋਲ ਤੇ 1500 ਵਾਲਾ ਕੋਈ ਬੌਂਡ ਹੀ ਨਹੀਂ ਹੈ। ਹਾਜੀ ਸਾਹਿਬ, ਹੋ ਸਕਦਾ ਬੌਂਡ ਵਾਲੀ ਭਾਬੀ ਵਾਲੇ ਕੋਲ ਹੀ ਪਿਆ ਹੋਵੇ। ਭਾਬੀ ਜੀ, ਕੀ ਗੱਲ ਹੈ, ਕਿਉਂ ਰੋ ਰਹੇ ਹੋ? ਕੁਛ ਦੱਸੋ ਤੇ ਸਹੀ, ਕੀ ਪਰੇਸ਼ਾਨੀ ਹੈ? ਮੈਂ ਤੈਨੂੰ
किस तरह दसाता है। भाभी खैर तो है, ताहिर तनु याद है 2 महीने पीछे तू और सलमा मेरे को बहुत परेशान आए सो। हुनो बॉन्ड निकल आया और उदा इनाम 20 लाख हेगा। 20 लाख रुपया? हाँ, और तेरे भाईजानों वाला बॉन्ड जड़ा तू ले आके बाहर इच दिता सी वो लेके डीलर कोल गए ने। ते भाभी जी तुसी तुसी भाईजानों दसे नहीं के? मैं दसने दी कोशिश की थी पर खुशी च उन्होंने मेरी गल ही नहीं सुनी। भाईजान मेरे भाई की हो गया ना पैना। ये सारे नसीबां दे खेड़ ने, इन्हां ते किसी का जोर नहीं चलता।